ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਦਾ ਫਿਲਮਸ ਤੇ ਮੈਂ ਆਕਾਂਕਸ਼ਾ ਸੋਢੀ। ਦਰਸ਼ਕੋ, ਅੱਜ ਹੈ 17 ਜਨਵਰੀ, ਯਾਨੀ ਕਿ ਖਤਰੇ ਦਾ ਘੁੱਗੂ ਫਿਲਮ ਹੋ ਚੁੱਕੀ ਹੈ ਰਿਲੀਜ਼ ਤੇ ਅਸੀਂ ਪਹੁੰਚੇ ਹਾਂ ਉਸਦੀ ਸਕਰੀਨਿੰਗ ਤੇ ਆਓ ਖਤਰੇ ਦਾ ਘੁੱਗੂ ਦੀ ਸਟਾਰ ਕਾਸਟ ਨਾਲ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਆਡੀਅੰਸ ਨੂੰ ਕਿ ਉਹਨਾਂ ਨੂੰ ਖਤਰੇ ਦਾ ਘੁੱਗੂ ਫਿਲਮ ਕਿੱਦਾਂ ਦੀ ਲੱਗੀ। ਲੈਟਸ ਗੋ। ਖਤਰੇ ਦਾ ਘੁੱਗੂ ਦੀ ਸਟਾਰ ਕਾਸਟ ਜੋਰਡਨ ਸੰਧੂ ਤੇ ਦਿਲਜੋਤ। ਸਰ, ਇਸ ਫਿਲਮ 'ਚ ਤੁਹਾਡਾ ਕਿਰਦਾਰ ਹੈ ਜਿਹੜਾ ਉਹ ਇੱਕ ਫਤਿਹ ਆਰ ਜੇ ਦਾ ਹੈ। ਰੀਅਲ ਲਾਈਫ 'ਚ ਅਗਰ ਆਰ ਜੇਇੰਗ ਕਰਨ ਦਾ ਮੌਕਾ ਮਿਲਦਾ ਤਾਂ ਜੋਰਡਨ ਸੰਧੂ ਕਰਦੇ? ਦੇਖੋ ਜੀ, ਕੰਮ ਸਾਰੇ ਵਧੀਆ ਹੁੰਦੇ ਨੇ, ਆਪਾਂ ਕਿਉਂ ਨਹੀਂ ਕਰਦੇ? ਬਾਕੀ ਆਪਾਂ ਆਰਟਿਸਟ ਹਾਂ, ਜੋ ਵੀ ਸਾਨੂੰ ਕਰਨ ਨੂੰ ਮਿਲੇ ਆਪਾਂ ਕਰਾਂਗੇ, ਕੋਈ ਚੱਕਰ ਨਹੀਂ। ਹੁਣ ਤੱਕ ਇੰਟਰਵਲ ਹੋ ਚੁੱਕਾ ਹੈ ਅਤੇ ਫਤਿਹ ਜਿਹੜਾ ਉਹ ਸਿੰਗਰ ਬਣਨ ਲਈ ਸਟਰਗਲ ਕਰ ਰਿਹਾ, ਅਤੇ ਜਦੋਂ ਜੋਰਡਨ ਸੰਧੂ ਰੀਅਲ ਲਾਈਫ 'ਚ ਸਟਰਗਲ ਕਰ ਰਹੇ ਸੀ ਸਿੰਗਰ ਬਣਨ ਲਈ, ਆਪਣੇ ਨਾਲ ਰਿਲੇਟ ਕਰ ਪਾਏ ਫਤਿਹ ਦੇ ਕਿਰਦਾਰ ਨੂੰ? ਦੇਖੋ ਜੀ, ਮੈਨੂੰ ਲੱਗਦਾ ਕਿ ਹਰ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਸਟਰਗਲ ਕਰਦਾ, ਹਰ ਬੰਦਾ ਮਿਹਨਤ ਕਰਦਾ, ਸੋ ਹਾਲੇ ਤੱਕ ਲੱਗੇ ਹੋਏ ਹਾਂ ਅਤੇ ਮੈਨੂੰ ਲੱਗਦਾ ਕਿ ਇਹ ਸਟਰਗਲ ਕਦੇ ਮੁੱਕਣੀ ਨਹੀਂ ਚਾਹੀਦੀ। ਜੇ ਆਪਾਂ ਆਪਣੇ ਆਪ ਨੂੰ ਬੈਟਰ 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 ਕਰਨਾ ਚਾਹੁੰਦੇ ਹਾਂ ਤਾਂ ਹਰ ਰੋਜ਼ ਸਟਰਗਲ ਕਰਨੀ ਚਾਹੀਦੀ ਹੈ, ਸੋ ਸਾਰਾ ਕੁਝ ਵਧੀਆ ਜਾਰੀ ਹੈ ਜੀ, ਸਟਰਗਲ ਹੈ ਜੀ। ਦਿਲਜੋਤ, ਤੁਸੀਂ ਫਿਲਮ 'ਚ ਮੈਂ ਦੇਖ ਰਹੀ ਹਾਂ ਕਿ ਸਮਾਈਲ ਕਰਕੇ ਬਸ ਆਪਣਾ ਕੰਮ ਕਢਾਈ ਜਾ ਰਹੇ ਹੋ, ਅਤੇ ਰੀਅਲ ਲਾਈਫ 'ਚ ਕਦੀ ਦਿਲਜੋਤ ਨੇ ਜਿਵੇਂ ਮੀਤ ਸਮਾਈਲ ਕਰਕੇ ਕੰਮ ਕਢਾ ਲੈਂਦੀ ਹੈ, ਦਿਲਜੋਤ ਨੇ ਕਦੇ ਇੱਦਾਂ ਕੀਤਾ? ਆਈ ਥਿੰਕ ਇਹ ਇੱਕ ਫਾਰਮੂਲਾ ਜਿਹੜਾ ਹਰ ਵਕਤ ਚੱਲ ਜਾਂਦਾ, ਸਮਾਈਲ ਕਰਕੇ ਕੰਮ ਕਢਾ ਚੱਲ ਜਾਂਦਾ ਜੀ। ਅਤੇ ਬਿਲਕੁਲ ਮੀਤ ਸਮਾਈਲ ਕਰਕੇ, ਸ਼ੀ ਇਜ਼ ਵੈਰੀ ਪੋਜ਼ੀਟਿਵ, ਤੁਸੀਂ ਦੇਖ ਹੀ ਰਹੇ ਹੋ ਕੈਰੇਕਟਰ, ਹਰ ਮੁਸ਼ਕਿਲ 'ਚ ਵੀ ਉਹ ਸਾਹਮਣਾ ਇੱਕ ਪੋਜ਼ੀਟਿਵਿਟੀ ਨਾਲ ਸਮਾਈਲ ਕਰਕੇ ਕਰ ਲੈਂਦੀ ਹੈ। ਸੋ ਜਿਵੇਂ ਮੀਤ ਔਰ ਫਤਿਹ ਦੀ ਜਿਹੜੀ ਕੈਮਿਸਟਰੀ ਸਟਾਰਟ ਹੋਈ ਹੈ ਇੱਕ ਮਿਸਅੰਡਰਸਟੈਂਡਿੰਗ ਤੋਂ, ਲੜਾਈ ਤੋਂ, ਰੀਅਲ ਲਾਈਫ 'ਚ ਕਿਤੇ ਜੋਰਡਨ ਅਤੇ ਦਿਲਜੋਤ 'ਚ ਕੋਈ ਮਿਸਅੰਡਰਸਟੈਂਡਿੰਗ ਹੋਈ ਹੈ ਹੁਣ ਤੱਕ? ਨਹੀਂ, ਅਜੇ ਤੱਕ ਤਾਂ ਨਹੀਂ ਹੋਈ, ਅੱਗੇ ਵੀ ਨਹੀਂ ਲੱਗਦਾ ਹੋਊਗੀ, ਸੋ ਫਿਲਮ 'ਚ ਹੀ ਹੈ, ਅਜੇ ਰੀਅਲ ਲਾਈਫ 'ਚ ਕੁਛ ਐਸਾ ਨਹੀਂ ਹੋਇਆ। ਚਲੋ ਮੈਂ ਪੁੱਛ ਲੈਂਦੀ ਹਾਂ ਕਿ ਫਿਲਮ 'ਚ ਫਤਿਹ ਨੂੰ ਮਿਲਣ ਤੋਂ ਪਹਿਲੇ ਮੀਤ ਉਹਨਾਂ ਬਾਰੇ ਸਭ ਕੁਛ ਗਲਤ ਹੀ ਸੋਚਦੀ ਸੀ, ਰੀਅਲ ਲਾਈਫ 'ਚ ਦਿਲਜੋਤ ਜੋਰਡਨ ਬਾਰੇ ਕੀ ਸੋਚਦੀ ਸੀ ਮਿਲਣ ਤੋਂ ਪਹਿਲਾਂ? ਮਿਲਣ ਤੋਂ ਪਹਿਲਾਂ ਬਿਲਕੁਲ ਪੋਜ਼ਿਟਿਵ ਸੀ ਮੈਂ ਜੋਰਡਨ ਬਾਰੇ, ਬਿਲਕੁਲ ਸੱਚ ਹੈ ਜੀ, ਬਿਲਕੁਲ ਸੱਚ ਹੈ, ਐਸਾ ਕੁਛ ਨਹੀਂ ਸੀਗਾ, ਸੋ ਹੀ ਇਜ਼ ਵੈਰੀ ਪੋਜ਼ਿਟਿਵ। ਆਈ ਥਿੰਕ ਜਿਹੜਾ ਨਹੀਂ ਵੀ ਇਹਨਾਂ ਨੂੰ ਮਿਲਿਆ, ਆਈ ਐਮ ਸ਼ੋਰ ਇਹਨਾਂ ਦੀ ਪਰਸਨੈਲਿਟੀ ਨੂੰ ਦੇਖ ਕੇ ਕਹਿ ਸਕਦੇ ਹਾਂ ਦੈਟ ਇਜ਼ ਵੈਰੀ ਪੋਜ਼ਿਟਿਵ, ਵੈਰੀ ਟੈਲੈਂਟਡ ਐਂਡ ਹਸਮੁੱਖ ਨੇ। ਹੁਣ ਤੱਕ ਅਸੀਂ ਦੇਖ ਰਹੇ ਕਿ ਤੁਹਾਡੇ ਜਿਹੜੇ ਪਿੱਛੇ ਇੱਕ ਵਿਲਨ ਜਿਹੜਾ ਹੱਥ ਧੋ ਕੇ ਪੈ ਗਿਆ, ਰੀਅਲ ਲਾਈਫ 'ਚ ਅਗਰ ਵਿਲਨ ਦਾ ਇੱਦਾਂ ਦਾ ਕਿਸੇ ਨੈਗੇਟਿਵ ਬੰਦੇ ਦਾ ਰਿਸ਼ਤਾ ਆ ਜਾਵੇ, ਮੀਤ ਕਿੱਦਾਂ ਹੈਂਡਲ ਕਰੇਗੀ? ਦਿਲਜੋਤ ਕਿੱਦਾਂ ਹੈਂਡਲ ਕਰੇਗੀ? ਬਿਲਕੁਲ ਨਾ ਹੋਏਗੀ, ਆਊਟਰਾਈਟਲੀ ਨੋ, ਬਿਲਕੁਲ ਨੋ ਹੋਏਗੀ। ਜਿਵੇਂ ਆਈ ਥਿੰਕ ਫਿਲਮ 'ਚ ਮੀਤ ਡੀਲ ਕਰ ਹੀ ਰਹੀ ਹੈ ਵਿਲੀਅਨ ਨਾਲ, ਸੋ ਸੇਮ ਹੀ ਹੋਏਗਾ, ਆਈ ਡੋਂਟ ਥਿੰਕ। ਜੋਰਡਨ ਸਰ, ਰੀਅਲ ਲਾਈਫ 'ਚ ਕਦੀ ਇੱਦਾਂ ਦਾ ਕੋਈ ਖਤਰੇ ਦਾ ਘੁੱਗੂ ਮਿਲਿਆ? ਖਤਰੇ ਦੇ ਘੁੱਗੂ ਬੋਲਦੇ ਰਹਿੰਦੇ ਰੀਅਲ 'ਚ ਵੀ, ਇੱਦਾਂ ਦਾ ਕੁਛ ਨਹੀਂ ਆ, ਬਾਕੀ ਇਹ ਕਿ ਪੋਜ਼ਿਟਿਵ ਰਹਿਣਾ ਚਾਹੀਦਾ ਹਮੇਸ਼ਾ ਆਪਾਂ ਨੂੰ, ਸੋ ਜੇ ਆਪਾਂ ਕਿਸੇ ਗੱਲੋਂ ਘਬਰਾਉਂਦੇ ਨਹੀਂ ਆ, ਵਹਿਮਾਂ ਭਰਮਾਂ 'ਚ ਨਹੀਂ ਪੈਂਦੇ, ਤਾਂ ਮੈਨੂੰ ਲੱਗਦਾ ਕਿ ਫਿਰ ਜ਼ਿੰਦਗੀ ਵਧੀਆ ਚੱਲਦੀ ਹੈ। ਇੰਟਰਵਲ ਤੱਕ ਫਿਲਮ ਹੋ ਚੁੱਕੀ ਹੈ, ਹੁਣ ਇਸ ਤੋਂ ਅੱਗੇ ਕਿੰਨੀ ਕੁ ਐਕਸਾਈਟਮੈਂਟ ਚੱਲ ਰਹੀ ਹੈ, ਕਿ ਆਡੀਅੰਸ ਦਾ ਕੀ ਰਿਸਪੋਂਸ ਆਏਗਾ ਇਸ ਤੋਂ ਬਾਅਦ? ਬਿਲਕੁਲ, ਪੂਰੀ ਐਕਸਾਈਟਮੈਂਟ ਹੈ ਐਂਡ ਫਿਲਮ ਬਹੁਤ ਸੋਹਣੀ ਬਣੀ ਹੈ, ਹੁਣ ਦੇਖ ਕੇ ਲੱਗ ਰਿਹਾ ਕਿ ਸਭ ਕੁਝ, ਜਦੋਂ ਸਕਰੀਨ ਪਲੇ, ਐਵਰੀਥਿੰਗ, ਡਾਇਰੈਕਸ਼ਨ, ਗਾਣੇ, ਸਭ ਦੀ ਕੈਰੇਕਟਰਾਈਜੇਸ਼ਨ, ਐਵਰੀਥਿੰਗ ਇਜ਼ ਬਿਊਟੀਫੁਲ, ਵੰਡਰਫੁਲ ਐਂਡ ਪੂਰੀ ਹੋਪਸ ਨੇ, ਐਂਡ ਦੇਖਦੇ ਹਾਂ ਆਡੀਅੰਸ ਦਾ ਕੀ ਰਿਸਪੋਂਸ ਆਏਗਾ, ਅਸੀਂ ਆਪਣਾ ਬੈਸਟ ਦੇ। ਮੇਰੇ ਤੋਂ ਥੋੜ੍ਹਾ ਜਿਹਾ ਮਿਸ ਹੋ ਗਿਆ, ਮੈਂ ਥੋੜ੍ਹਾ ਲੇਟ ਹੋ ਗਿਆ, ਰਸਤੇ ਟ੍ਰੈਫਿਕ ਸੀ, ਅਤੇ ਮੈਨੂੰ ਇੱਕ ਵਾਰੀ ਫਿਰ ਦੇਖੂੰਗਾ, ਅਤੇ ਸਟਾਰਟ ਥੋੜ੍ਹਾ ਮਿਸ ਹੋਇਆ, ਮੈਨੂੰ ਵਧੀਆ ਲੱਗ ਰਿਹਾ, ਮਜ਼ਾ ਆ ਰਿਹਾ, ਅਤੇ ਇੱਕ ਵਾਰੀ ਫਿਰ ਪਹਿਲੇ ਵਾਲਾ ਪਾਰਟ ਵੀ ਦੁਬਾਰਾ ਦੇਖੂੰਗਾ ਮੈਂ। ਜੋਰਡਨ ਸਰ, ਹਰ ਫਿਲਮ ਦੇ ਨਾਲ ਤੁਸੀਂ ਇੰਪਰੂਵ ਕਰੀ ਜਾ ਰਹੇ ਹੋ, ਮਤਲਬ ਕੁਛ ਨਾ ਕੁਛ ਡਿਫਰੈਂਟ ਲੈ ਕੇ ਆਉਂਦੇ ਹੋ, ਅਗਲੀ ਵਾਰੀ ਤੁਹਾਡੀ ਫਿਲਮ ਜਦੋਂ ਆਏਗੀ ਆਡੀਅੰਸ ਕਿੰਨਾ ਕੁ ਵੇਟ ਕਰੇ ਕਿ ਜੋਰਡਨ ਸਰ ਹੁਣ ਕੀ ਲੈ ਕੇ ਆਉਣਗੇ? ਦੇਖੋ ਜੀ, ਇਹ ਤਾਂ ਹੁਣ ਸਬੱਬ ਹੀ ਆ, ਦੇਖੋ ਵੀ ਅੱਗੇ ਕੀ ਕਰਦੇ ਹਾਂ, ਬਾਕੀ ਇਹ ਕਿ ਹੁਣ ਇੱਕ ਸੀਰੀਅਸ ਫਿਲਮ ਕਰਾਂਗੇ, ਬਾਇਓਪਿਕ ਮੇਰੀ ਕਰਨ ਦੀ ਇੱਛਾ ਹੈਗੀ ਆ, ਉਸ ਲਈ ਤਿਆਰੀ ਕਰ ਰਹੇ ਹਾਂ ਵਧੀਆ, ਸੋ ਟਿਲ ਦਾ ਉਦੋਂ ਤੱਕ ਫਿਰ ਵੇਟ ਕਰਦੇ ਆ ਜੀ ਸਾਰੇ। ਦਿਲਜੋਤ ਨੂੰ ਮੈਂ ਪਹਿਲਾਂ ਵੀ ਮਿਲੀ ਸੀ, ਉਹ ਤੁਹਾਡੀ ਬਹੁਤ ਤਾਰੀਫਾਂ ਕਰ ਰਹੇ ਸੀਗੇ, ਅਤੇ ਜੋਰਡਨ ਸਰ, ਦਿਲਜੋਤ ਬਾਰੇ ਕੋਈ ਖੋਜ ਹੋਏਗੀ ਇਹਨਾਂ ਨਾਲ ਕੰਮ ਕਰਕੇ, ਤੁਹਾਨੂੰ ਕਿੱਦਾਂ ਲੱਗਿਆ? ਤਾਰੀਫ ਕਰਨੀ ਆ ਜੀ, ਰੱਜ ਕੇ ਕੁੜੀਆਂ ਵੈਸੇ ਤਾਰੀਫ ਦੀਆਂ ਭੁੱਖੀਆਂ ਹੁੰਦੀਆਂ। ਨਹੀਂ ਨਹੀਂ ਵਧੀਆ ਜੀ, ਤਾਰੀਫ ਕੋਈ ਝੂਠੀ ਨਹੀਂ ਆ, ਦਿਲਜੋਤ ਉੱਦਾਂ ਵੀ ਬਹੁਤ ਪੋਜ਼ਿਟਿਵ ਨੇ, ਬੜੇ ਫਰੈਂਡਲੀ ਨੇ, ਅਤੇ ਫਿਲਮ, ਅਸੀਂ ਫਿਲਮ ਤੋਂ ਪਹਿਲਾਂ ਕਦੇ ਮਿਲੇ ਨਹੀਂ ਸੀਗੇ, ਪਰ ਹੁਣ ਅਸੀਂ ਵਧੀਆ ਦੋਸਤ ਹਾਂ, ਸੋ ਸਾਰਾ ਕੁਝ ਵਧੀਆ ਜੀ। ਥੈਂਕ ਯੂ ਸਰ। ਦਿੱਤੀ 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 ਬਹੁਤ ਹੋ ਗਈ ਹੈ ਮੈਮ, ਫਿਲਮ 'ਚ ਅਸੀਂ ਦੇਖ ਰਹੇ ਕਿ ਤੁਹਾਡਾ ਆਪਣੇ ਬ੍ਰਦਰ ਨਾਲ ਬਹੁਤ ਜ਼ਿਆਦਾ
ਐਕਸੈਸ ਵਾਲਾ ਹੀ ਪਿਆਰ ਹੈ, ਰੀਅਲ ਲਾਈਫ 'ਚ ਆਪਣੇ ਬ੍ਰਦਰ ਨਾਲ ਕਿੰਨੀ ਕੁ ਕੈਮਿਸਟਰੀ, ਮਤਲਬ ਕਿੰਨਾ ਕੁ ਪਿਆਰ ਹੈ? ਬਹੁਤ ਪਿਆਰ ਹੈ, ਬ੍ਰਦਰ ਵੀ ਮੇਰਾ ਆਇਆ ਹੋਇਆ, ਪੁੱਛ ਸਕਦੇ ਹੋ ਉਹਨੂੰ ਵੀ, ਲਾ ਹੀ ਲੈਂਦੇ ਫਿਰ ਉਹਨਾਂ ਨੂੰ ਵੀ ਇੱਥੇ। ਮੈਂ ਜਿਹੜਾ ਬ੍ਰਦਰ ਨਾਲ ਜਿਹੜਾ ਪਿਆਰ ਹੈ ਉਹ ਡਿਫਰੈਂਟ ਹੈ, ਬਿਲਕੁਲ ਹੀ ਡਿਫਰੈਂਟ ਹੈ। ਸੋ ਮੈਂ ਆਪਣੇ ਭਰਾ ਲਈ ਕੁਛ ਵੀ ਕਰ ਸਕਦੀ ਹਾਂ। ਰਿਸ਼ਤੇ ਦੀ ਗੱਲ ਤੋੜ ਰਹੇ ਹੋ, ਹੈ ਨਾ, ਉਹਨਾਂ ਦੀ ਇੰਟਰਵਲ ਤੋਂ ਪਹਿਲਾਂ ਤਾਂ ਰਿਸ਼ਤੇ ਦੀ ਗੱਲ ਤੁਰ ਚੁੱਕੀ ਹੈ, ਅਤੇ ਇੰਟਰਵਲ ਤੋਂ ਬਾਅਦ ਰਿਸ਼ਤਾ ਹੋ ਜਾਂਦਾ, ਕੀ ਦੇਖਣ ਨੂੰ ਮਿਲੇਗਾ, ਰਿਸ਼ਤਾ ਹੋ ਜਾਏਗਾ? ਇਹ ਤੁਸੀਂ ਫਿਲਮ ਦੇਖ ਕੇ ਹੀ ਤੁਹਾਨੂੰ ਪਤਾ ਲੱਗੇਗਾ, ਮੈਂ ਨਹੀਂ ਦੱਸਾਂਗੀ ਕੁਛ ਵੀ। ਚਲੋ ਖਤਰੇ ਦੇ ਘੁੱਗੂ ਦੀ ਗੱਲ ਕਰ ਲੈਂਦੇ ਹਾਂ, ਰੀਅਲ ਲਾਈਫ 'ਚ ਨਹੀਂ ਤਾਂ ਮੈਮ ਕੋਈ ਖਤਰੇ ਦਾ ਘੁੱਗੂ ਮਿਲਿਆ? ਰੀਅਲ ਲਾਈਫ 'ਚ ਖਤਰੇ ਦੇ ਘੁੱਗੂ ਬਹੁਤ ਵੱਜਦੇ ਨੇ, ਬਹੁਤ ਬੋਲਦੇ ਨੇ ਖਤਰੇ ਦੇ ਘੁੱਗੂ, ਲੇਕਿਨ ਇੱਥੇ ਇੱਕ ਵੱਖਰਾ ਖਤਰੇ ਦਾ ਘੁੱਗੂ ਹੈ ਜਿਹੜਾ ਕਿ ਇੰਜੋਏ ਕਰਨ ਵਾਸਤੇ ਹੈ। ਸੋ ਮਜ਼ਾ ਆ ਰਿਹਾ ਫਿਲਮ ਦੇਖ ਕੇ, ਕਿਉਂਕਿ ਮੈਂ ਵੀ ਪਹਿਲੀ ਵਾਰੀ ਦੇਖ ਰਹੀ ਹਾਂ ਅੱਜ। ਚੰਡੀਗੜ੍ਹ 'ਚ ਆਏ ਹਾਂ ਤਾਂ ਵੈਸੇ ਵੀ ਰੋਜ਼ ਸਵੇਰੇ ਜਦੋਂ ਆਪਾਂ ਘਰੋਂ ਨਿਕਲਦੇ ਹਾਂ ਪਹਿਲਾਂ ਸਭ ਤੋਂ ਪਹਿਲਾਂ ਖਤਰੇ ਦਾ ਘੁੱਗੂ ਹੋ ਜਾਂਦਾ, ਕਿਤੇ ਚਲਾਨ ਨਾ ਹੋ ਜੇ। ਤਾਂ ਹੀ ਤਾਂ ਕਹਿੰਦੀ ਹੈ ਜ਼ਿੰਦਗੀ ਦੇ ਵਿੱਚ ਬੜੇ ਖਤਰੇ ਦੇ ਘੁੱਗੂ ਬੋਲਦੇ ਨੇ। ਤੁਹਾਡਾ ਕਦੀ ਹੋਇਆ ਚਲਾਨ? ਨਹੀਂ, ਅਜੇ ਤੱਕ ਤਾਂ ਨਹੀਂ ਹੋਇਆ ਮੇਰਾ, ਹੋਇਆ ਤਾਂ ਤਾਜ਼ਾ। ਥੈਂਕ ਯੂ ਮੈਮ, ਥੈਂਕ ਯੂ। ਸੋ ਮੇਰੇ ਨਾਲ ਮੌਜੂਦ ਹੈ ਜੀ ਹੱਟਾ ਘੱਟਾ ਸਵੀਟੀ, ਹੱਟਾ ਘੱਟਾ ਖੁਦ ਹੀ ਦੇਖ ਲਓ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ। ਨੀਤੂ ਸਰ, ਆ ਕੀ ਚੱਕਰ ਹੈ, ਇੰਨੀ ਵਧੀਆ ਬਾਡੀ, ਇੰਨੀ ਚੰਗੀ ਹਾਈਟ, ਹੈ ਨਾ, ਅਤੇ ਨਾਮ ਸਵੀਟੀ। ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡੇ ਕਰੈਕਟਰ ਦਾ ਨਾਮ ਖਤਰੇ ਦਾ ਘੁੱਗੂ ਫਿਲਮ 'ਚ ਸਵੀਟੀ ਹੈ, ਤੁਸੀਂ ਕਿਵੇਂ ਰਿਐਕਟ ਕੀਤਾ ਸੀ? ਵਧੀਆ ਲੱਗਾ, ਕੁਛ ਚੇਂਜ ਕਰਨ ਨੂੰ ਮਿਲਿਆ। ਵੇਖੋ ਜੇ ਤਾਂ ਕਰੀ ਜਾਂਦੇ ਹਾਂ ਨਾ, ਥੋੜ੍ਹਾ ਜਿਹਾ ਅਲੱਗ ਅਲੱਗ ਕਰੋ ਤਾਂ ਐਕਟਰ ਨੂੰ ਲੱਗਦਾ ਯਾਰ ਕੁਛ ਵਧੀਆ ਕਰਦੇ ਹੋ। ਸਰ ਹੁਣ ਅਸੀਂ ਹੁਣ ਤੱਕ ਇੰਟਰਵਲ ਤੱਕ ਦੇਖ ਚੁੱਕੇ ਹਾਂ ਕਿ ਜਿਹੜਾ ਸਵੀਟੀ ਆ ਉਹ ਉਮੀਦ ਦੇ ਪਿੱਛੇ ਹੱਥ ਧੋ ਕੇ ਪੈ ਗਿਆ, ਕਿ ਇਹਦੇ ਨਾਲ ਰਿਸ਼ਤਾ ਹੋਇਆ ਤਾਂ ਠੀਕ ਹੈ, ਨਹੀਂ ਤਾਂ ਕੋਈ ਵੀ ਜਿਹੜੀ ਬਰਾਤ ਆ ਉਹ ਨਹੀਂ ਆਉਣ ਦਊਗਾ। ਇੰਟਰਵਲ ਤੋਂ ਬਾਅਦ ਕੀ ਹੋਏਗਾ? ਬਸ ਹੁਣ ਦੇਖ ਕੇ ਪਤਾ ਲੱਗੂ ਤੁਹਾਨੂੰ, ਦੇਖਣ ਦੀ ਤਾਂ ਵੇਟ ਹੈਗੀ ਹੈ ਸਰ। ਪਰ ਰੀਅਲ ਲਾਈਫ 'ਚ ਇੱਦਾਂ ਕੋਈ ਵਿਲਨ ਕਿਸੇ ਕੁੜੀ ਪਿੱਛੇ ਪੈ ਜਾਏ ਤਾਂ ਉਸ ਚੀਜ਼ ਨੂੰ ਕਿੱਦਾਂ ਹੈਂਡਲ ਕਰੋਗੇ? ਨਹੀਂ ਪੈਣਾ ਚਾਹੀਦਾ, ਕੁੜੀਆਂ ਦੀ ਰਿਸਪੈਕਟ ਕਰਨੀ ਚਾਹੀਦੀ ਆ, ਹੈ ਨਾ, ਜੇ ਕੋਈ ਤੁਹਾਨੂੰ ਪਸੰਦ ਕਰਦੀ ਫਿਰ ਵੱਖਰੀ ਗੱਲ ਆ। ਅੱਛਾ ਸਰ, ਗੋਲੀਆਂ ਦੇ ਦਮ 'ਤੇ ਤੁਸੀਂ ਇੱਦਾਂ ਫੈਰ ਕਰ ਕਰਕੇ ਅਤੇ ਆਪਣਾ ਕੰਮ ਕਢਾਈ ਜਾਂਦੇ ਹੋ, ਕਦੀ ਰੀਅਲ ਲਾਈਫ 'ਚ ਫੈਰ ਕਰਿਆ? ਨਹੀਂ, ਇੱਕ ਦੋ ਵਾਰੀ ਕੀਤਾ। ਬਰਾਤ ਬਰੂਤ 'ਚ? ਨਹੀਂ, ਬਰਾ ਉਹ ਨਹੀਂ, ਮੈਂ ਚੰਗਾ ਨਹੀਂ ਲੱਗਦਾ, ਉਹ ਮੈਂ ਗਲਤ ਸਮਝਦਾ। ਵੈਸੇ ਹੀ ਆਪਾਂ ਜਿੱਦਾਂ ਜੰਗਲ 'ਚ ਲਗੇ ਜਾਂ ਕਿਤੇ ਪਹਾੜੀ 'ਤੇ ਖੜ ਕੇ, ਸ਼ੌਂਕ ਲਈ ਬਸ ਇੱਕ ਦੋ ਵਾਰੀ। ਅੱਛਾ ਮੇਰਾ ਇੱਕ ਸਵਾਲ ਹੈ, ਚਲੋ ਮੀਤ ਸਵੀਟੀ ਨੂੰ ਮਿਲੇਗੀ ਜਾਂ ਨਹੀਂ ਮਿਲੇਗੀ ਉਹ ਤਾਂ ਫਿਲਮ ਦੇਖਣ ਤੋਂ ਬਾਅਦ ਪਤਾ ਲੱਗੇਗਾ, ਲੇਕਿਨ ਜੇ ਨਾ ਮਿਲੀ ਤਾਂ ਸਵੀਟੀ ਰੋਏਗਾ, ਫੈਰ ਕਰੇਗਾ, ਕੀ ਕਰੇਗਾ, ਚਲੋ ਇੰਨਾ ਦੱਸ ਦਿਓ। ਰਹੂਗਾ, ਫੈਟ ਸੌਂਗਸ ਜਿਹੜੇ ਉਹਨੇ ਪੈਨ ਡਰਾਈਵ 'ਚ ਪਾ ਕੇ ਦਿੱਤੇ, ਮੇਰੇ ਖਿਆਲ 'ਚ ਉਹ ਹੀ ਸੁਣੂਗਾ ਹੁਣ। ਓਕੇ, ਥੈਂਕ ਯੂ ਸਰ। ਸੋ ਜੀ, ਮੇਰੇ ਨਾਲ ਮੌਜੂਦ ਨੇ ਇੱਕ ਬਹੁਤ ਵੱਡੀ ਸ਼ਖਸੀਅਤ, ਵਿਜੇ ਟੰਡਨ ਜੀ। ਸਰ ਮੈਂ ਤੁਹਾਨੂੰ ਅੱਜ ਵਿਜੇ ਟੰਡਨ ਜੀ ਕਹਾਂ ਜਾਂ ਪੁਰਸ਼ੋਤਮ ਜੀ ਮਹਾਰਾਜ? ਇੱਕੋ ਹੀ ਗੱਲ ਹੈ ਜੀ, ਵਿਜੇ ਟੰਡਨ ਅਤੇ ਪੁਰਸ਼ੋਤਮ ਜੀ ਮਹਾਰਾਜ, ਅੱਜ ਤਾਂ ਇੱਕੋ ਹੀ ਹੋ ਪਿਆ। ਸਰ ਤੁਸੀਂ ਫਿਲਮ 'ਚ ਇੱਕ ਜੋਤਿਸ਼ ਦਾ ਕਿਰਦਾਰ ਪਲੇ ਕੀਤਾ ਜਿਹੜਾ ਕਿ ਕਿਸੇ ਨੂੰ ਵਹਿਮ 'ਚ ਪਾ ਦਿੰਦਾ ਹੈ, ਰੀਅਲ ਲਾਈਫ 'ਚ ਕਿਸੇ ਨੂੰ ਇੱਦਾਂ ਦਾ ਝੂਠ ਬੋਲ ਕੇ ਉਹਨੂੰ ਵਹਿਮ 'ਚ ਪਾਇਆ? ਨਹੀਂ, ਮੈਂ ਨਹੀਂ ਕਦੇ ਪਿਆ ਜੀ, ਮੈਂ ਸੱਚਾ ਸੁੱਚਾ ਬੋਲਦਾ। ਲੇਕਿਨ ਕਿ ਕਿਰਦਾਰ ਐਸੇ ਹੈ, ਮੈਂ ਲੋਕਾਂ ਨੂੰ ਦੇਖਿਆ ਸਾਡੀ ਫਿਲਮ ਲਾਈਨ 'ਚ ਜਿੰਨੇ ਵੀ ਲੋਕ ਹੈ ਬਹੁਤ ਯਕੀਨ ਕਰਦੇ ਆ ਜੋਤਿਸ਼ ਵਿੱਦਿਆ ਦੇ, ਅਤੇ ਉਹ ਜ਼ਿੰਦਗੀ ਦੇ ਤਜਰਬੇ ਸੀਗੇ, ਅਤੇ ਮੇਰੇ ਖਿਆਲ ਮੈਂ ਠੀਕ ਹੀ ਰੋਲ ਕੀਤਾ। ਅਤੇ ਸਰ ਰੀਅਲ ਲਾਈਫ 'ਚ ਤੁਸੀਂ ਜੋਤਿਸ਼, ਬਾਬੇ ਜਾਂ ਇਹਨਾਂ ਸਭ ਚੀਜ਼ਾਂ 'ਚ ਬਿਲੀਵ ਕਰਦੇ ਹੋ? ਵਾਹਿਗੁਰੂ, ਵਾਹਿਗੁਰੂ ਸੱਚੇ ਪਾਤਸ਼ਾਹ। ਅਤੇ ਫਿਰ ਜਦੋਂ ਤੁਹਾਨੂੰ ਇਹ ਕਿਰਦਾਰ ਔਫਰ ਹੋਇਆ, ਕਿ ਇਹੀ ਗੱਲ ਉਹਨਾਂ ਨੇ ਫਿਲਮ ਦੇ ਐਂਡ 'ਤੇ ਦਿਖਾਈ ਹੈ ਕਿ ਵਾਹਿਗੁਰੂ 'ਤੇ ਯਕੀਨ ਕਰੋ, ਬਸ ਇਹ ਸਭ ਬਕਵਾਸ ਹੈ, ਕੁਛ ਕੋਈ ਗੱਲਾਂ ਨਹੀਂ, ਕੋਈ ਵਹਿਮ ਨਹੀਂ ਕੁਛ ਨਹੀਂ। ਜਦੋਂ ਤੁਹਾਨੂੰ ਇੱਕ ਰੀਅਲ ਲਾਈਫ ਕਿਰਦਾਰ ਜਿਹੜਾ ਤੁਹਾਨੂੰ ਔਫਰ ਹੋਇਆ ਕਿ ਤੁਸੀਂ ਜੋਤਿਸ਼ ਦਾ ਕਿਰਦਾਰ ਬਣਾਉਣਾ, ਪਹਿਲਾ ਥੋਟ ਜਿਹੜਾ ਸੀ ਕੀ ਸੀ ਮਾਇੰਡ 'ਚ? ਪਹਿਲਾਂ ਇਹ ਸੀ ਕਿ ਵੀ ਮੈਂ ਇਹੋ ਜਿਹਾ ਰੋਲ ਕਰਨਾ ਕਿ ਮੈਂ ਵੱਧ ਤੋਂ ਵੱਧ ਝੂਠ ਬੋਲਾਂ ਔਰ ਉਹ ਸੱਚ ਲੱਗੇ। ਸਰ ਬਿਲਕੁਲ ਲੱਗਿਆ, ਔਰ ਫਿਲਮ 'ਚ ਦਿਖਾਇਆ ਵੀ ਗਿਆ ਕਿ ਤੁਹਾਡੇ ਝੂਠ ਜਿਹੜੇ ਸੱਚ ਹੁੰਦੇ ਵੀ ਗਏ। ਉਹ ਵਹਿਮ ਹੈ ਬਸ, ਪਰ ਮੇਰੇ ਜਿਹੜੇ ਸੱਚ ਸੀ ਉਹ ਝੂਠ ਹੋ ਗਏ। ਥੈਂਕ ਯੂ ਸਰ। ਸਰ ਪਹਿਲਾਂ ਤਾਂ ਮੈਨੂੰ ਇੱਕ ਚੀਜ਼ ਦੱਸ ਦਿਓ ਕਿ ਮੈਂ ਤੁਹਾਨੂੰ ਜਸ਼ਨਜੀਤ ਕਹਾਂ ਕਿ ਮਿੱਠੂ? ਅੱਜ ਤਾਂ ਮਿੱਠੂ ਹੀ ਕਹਿਣਾ ਬਣਦਾ, ਅੱਜ ਮਿੱਠੂ ਮਿੱਠੂ ਹੋਈ ਪਈ ਆ। ਸਰ ਇੰਨਾ ਪਿਆਰਾ ਬ੍ਰਦਰ, ਪਿਆਰਾ ਕਹਾਂ ਜਾਂ ਇਰੀਟੇਟਿੰਗ ਬ੍ਰਦਰ? ਦੋਨੋਂ ਤਰ੍ਹਾਂ ਦਾ ਹੀ ਹੈ ਸਰ, ਫਾਈਨ। ਜਿੱਥੇ ਪਿਆਰਾ ਹੈ ਉੱਥੇ ਉਹ ਤੰਗ ਵੀ ਕਰ ਰਿਹਾ। ਪਰ ਤੁਹਾਡੀ ਰੀਅਲ ਸਿਸਟਰ ਹੈ? ਬਿਲਕੁਲ ਹੈਗੀ ਹੈ ਜੀ। ਅਤੇ ਉਹਨਾਂ ਨਾਲ ਵੀ ਇੰਨਾ ਹੀ ਮਤਲਬ ਵਧੀਆ ਰਿਸ਼ਤਾ ਹੈ, ਪਿਆਰ ਵਾਲਾ ਹੈ? ਬਹੁਤ ਵਧੀਆ ਹੈ। ਆਪਣੇ ਜੀਜਾ ਜੀ ਨੂੰ ਇੱਦਾਂ ਹੀ ਇਰੀਟੇਟ ਕਰਦੇ ਹੋ? ਨਹੀਂ, ਪਰ ਉੱਥੇ ਨਹੀਂ, ਤੁਹਾਨੂੰ ਪਤਾ ਹੀ ਹੈ ਰੀਅਲ ਲਾਈਫ 'ਚ ਕਿੱਥੇ ਇੰਨਾ ਤੰਗ ਕੀਤਾ ਜਾਂਦਾ, ਪਰ ਇਹ ਕਰੈਕਟਰ ਵਧੀਆ ਸੀਗਾ, ਮੈਨੂੰ ਬਹੁਤ, ਮੈਂ ਇੰਜੋਏ ਕੀਤਾ। ਬਹੁਤ ਇੰਜੋਇੰਗ ਸੀ, ਬਹੁਤ ਪਿਆਰਾ ਕਰੈਕਟਰ ਸੀਗਾ ਸਰ, ਮੈਂ ਤਾਂ ਖੁਦ ਪਰਸਨਲੀ ਬਹੁਤ ਇੰਜੋਏ ਕੀਤਾ। ਨਹੀਂ, ਬਹੁਤ ਵਧੀਆ ਸੀਗਾ, ਮੈਂ ਆਪ ਬਹੁਤ ਇੰਜੋਏ ਕਰ ਰਿਹਾ ਸੀ ਜਦੋਂ ਦੇਖ ਰਿਹਾ ਸੀ, ਅਤੇ ਮੈਨੂੰ ਬਹੁਤ ਮਜ਼ਾ ਆਇਆ ਕਿ
ਦੇਖੋ ਐਕਟਿੰਗ ਜਿਹੜੀ ਹੁੰਦੀ ਹੈ ਉਹ ਇੱਕ ਤਾਂ ਕ੍ਰੀਏਟੀਵਿਟੀ ਹੁੰਦੀ ਹੈ ਨਾ, ਜਦੋਂ ਸਕਰੀਨ 'ਤੇ ਕੁਛ ਅੱਛਾ ਹੁੰਦਾ ਨਾ ਆਪਣੇ ਆਪ ਨੂੰ ਵੀ ਸਵਾਦ ਆਉਂਦਾ। ਸਰ ਫੈਮਿਲੀ ਦਾ ਕੀ ਰਿਸਪੌਂਸ ਹੈ ਮਿੱਠੂ ਵਾਸਤੇ? ਬਹੁਤ ਵਧੀਆ, ਬਹੁਤ ਵਧੀਆ, ਐਨ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ। ਤੁਹਾਡੀ ਦਿੱਤੀ ਦਾ ਕੀ ਰਿਸਪੌਂਸ ਸੀ? ਦਿੱਤੀ ਹਜੇ ਮਿਲਣਗੇ ਇੱਥੇ ਹੀ ਨੇ ਅੰਦਰ ਹੋਣੇ, ਮਿਲਦੇ ਉਹਨਾਂ ਨੂੰ। ਸਰ ਮਿੱਠੂ ਤਾਂ ਫਿਲਮ 'ਚ ਬਹੁਤ ਖਾ ਰਿਹਾ ਹੈ, ਜਸ਼ਨਜੀਤ ਜੀ ਵੀ ਰੀਅਲ ਲਾਈਫ 'ਚ ਇੰਨਾ ਹੀ ਖਾਂਦੇ ਨੇ? ਥੋੜ੍ਹਾ ਬਹੁਤਾ ਮੈਂ ਸ਼ੌਕੀਨ ਹੈਗਾ ਖਾਣ ਪੀਣ ਦਾ, ਤੁਸੀਂ ਮੇਰੀ ਸਿਹਤ ਤੋਂ ਅੰਦਾਜ਼ਾ ਲਾ ਸਕਦੇ ਹੋ। ਸਰ ਤੁਸੀਂ ਆਪਣੇ ਜੀਜੂ ਦੀ ਜਿਹੜੀ ਗੱਡੀ ਆ ਉਹ ਬਿਨਾਂ ਪੁੱਛੇ ਵੇਚਤੀ, ਰੀਅਲ ਲਾਈਫ 'ਚ ਕੁਛ ਬਿਨਾਂ ਪੁੱਛੇ ਕਿਸੇ ਤੋਂ ਵੇਚਿਆ ਜਾਂ ਇੱਦਾਂ ਸੁੱਟਤਾ ਹੋਵੇ ਅਤੇ ਬਾਅਦ 'ਚੋਂ ਡਾਂਟ ਪਈ ਹੋਵੇ, ਗਾਲਾਂ ਪਈਆਂ ਹੋਣ? ਨਹੀਂ ਅਜੇ ਤੱਕ ਤਾਂ ਐਸਾ ਕੁਛ ਨਹੀਂ ਕੀਤਾ, ਪਰ ਫਿਲਮ 'ਚ ਜ਼ਰੂਰ ਕਰਨ ਦਾ ਮੌਕਾ ਮਿਲਿਆ। ਸਰ ਕੋਈ ਇੱਦਾਂ ਦਾ ਕੋਈ ਹੋਵੇ ਜਿੰਨਾ ਕੋਈ ਬਦਲਾ ਲੈਣਾ ਹੋਵੇ ਅਤੇ ਉਹਦੀ ਚੀਜ਼ ਐਵੇਂ ਦਿਲ ਕਰੇ ਕਿ ਹਾਂ ਯਾਰ ਚੱਲ ਇਹਦੀ ਚੀਜ਼ ਸੁੱਟ ਦਿੰਦੇ ਹਾਂ? ਹਾਂ, ਲੇਕਿਨ ਮੈਨੂੰ ਲੱਗਦਾ ਨਹੀਂ ਵੀ ਕਿਸੇ ਦਾ ਦਿਲ ਦਿਖਾਇਆ ਜਾਵੇ, ਐਕਟਿੰਗ ਦੇ ਵਿੱਚ ਤਾਂ ਚਲੋ ਚੱਲਦਾ, ਵੈਸੇ ਰੀਅਲ ਲਾਈਫ ਦੇ ਵਿੱਚ ਤਾਂ ਬਹੁਤ ਮੁਸ਼ਕਲ ਹੈ ਇਹ ਕੰਮ ਕਰਨਾ ਮੇਰੇ ਵਾਸਤੇ ਖਾਸ ਤੌਰ 'ਤੇ। ਥੈਂਕ ਯੂ ਸਰ। ਇੰਟਰਵਲ ਤੋਂ ਪਹਿਲੇ ਸਵੀਟੀ ਅਤੇ ਇੰਟਰਵਲ ਤੋਂ ਬਾਅਦ ਐਡਾ ਵੱਡਾ ਟਵਿਸਟ ਬੁੱਗੀ, ਸਰ ਇਹ ਕੀ ਗੱਲ ਹੋ ਗਈ? ਫਿਲਮ 'ਚ ਪਹਿਲੇ ਸਵੀਟੀ ਫਿਰ ਬੁੱਗੀ? ਬੁੱਗੀ ਨੂੰ ਮੈਂ ਪਿਆਰ ਕਰਦਾ ਹੀ ਨਾ ਆ ਗਈ। ਸਰ ਫਾਈਨਲੀ ਪਰ ਤੁਹਾਨੂੰ ਤੁਹਾਡਾ ਪਿਆਰ ਮਿਲ ਗਿਆ ਹੈ ਨਾ, ਚਲੋ ਮੀਤ ਨਾ ਸਹੀ ਪਰ ਬੁੱਗੀ ਮਿਲ ਗਈ। ਥੈਂਕ ਯੂ, ਬਹੁਤ ਵਧੀਆ ਫਿਲਮ ਸੀ ਸਰ, ਬਹੁਤ ਵਧੀਆ। ਥੈਂਕ ਯੂ, ਥੈਂਕ ਯੂ। ਲਓ ਜੀ, ਅਸੀਂ ਖਤਰੇ ਦਾ ਘੁੱਗੂ ਫਿਲਮ ਦੇਖ ਵੀ ਚੁੱਕੇ ਹਾਂ ਅਤੇ ਉਸਦੀ ਸਟਾਰ ਕਾਸਟ ਨਾਲ ਗੱਲਬਾਤ ਵੀ ਕਰ ਚੁੱਕੇ ਹਾਂ। ਸਟਾਰ ਕਾਸਟ ਨਾਲ ਗੱਲਬਾਤ ਕਰਕੇ ਪਰਸਨਲੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ, ਸਾਰੇ ਜੋਰਡਨ ਸੰਧੂ ਦਿਲਜੋਤ ਪਰਸਨਲੀ ਮੈਨੂੰ ਬਹੁਤ ਵਧੀਆ ਲੱਗੇ, ਪਰ ਫਿਲਮ ਓਨੈਸਟਲੀ ਮੈਨੂੰ ਠੀਕ ਠੀਕ ਲੱਗੀ। ਤੁਸੀਂ ਇਹ ਫਿਲਮ ਦੇਖਣੀ ਹੈ ਜਾਂ ਨਹੀਂ ਇਹ ਤੁਹਾਡੇ ਉੱਪਰ ਹੈ, ਤੁਸੀਂ ਟ੍ਰੇਲਰ ਤਾਂ ਦੇਖਿਆ ਹੀ ਹੋਇਆ, ਬਾਕੀ ਹੁਣ ਇਹ ਤੁਹਾਡੇ ਉੱਪਰ ਹੈ ਕਿ ਤੁਸੀਂ ਇਹ ਫਿਲਮ ਦੇਖਣੀ ਹੈ ਜਾਂ ਨਹੀਂ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।